ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੰਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ ਮਾਨਲੀ ਗੱਲ ਹੈ ਰੋਪੜ ਜ਼ਿਲ੍ਹੇ ਲਈ ਸਾਡੇ ਸਾਰਿਆਂ ਲਈ ਪੰਜਾਬ ਦੇ ਲਈ ਔਰ ਗੱਲਬਾਤ ਕਰਦੇ ਹਾਂ ਬੱਚੇ ਬਹੁਤ ਇੱਥੇ ਇੰਟੈਲੀਜੈਂਟ ਨੇ ਕਿਉਂਕਿ ਇੰਟੈਲੀਜੈਂਟ ਬੱਚੇ ਹੀ ਇੱਥੇ ਦਾਖਲਾ ਦਿੰਦੇ ਨੇ ਜੀ ਸਾਡੇ ਵਰਗੇ ਨੂੰ ਤਾਂ ਇੱਥੇ ਕਿਸੇ ਨੇ ਰੱਖਿਆ ਨਹੀਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਵਾਹ ਜੀ ਵਾਹ ਗਿੱਟਿਆਂ ਤੋਂ ਉੱਚੀ ਪੈਂਟ ਵੱਲੀਏ ਕੀ ਨਾਂ ਤੁਹਾਡਾ ਸੌਰਵ ਸੌਰਵ ਕਿੱਥੇ ਰਹਿੰਦੇ ਹੋ ਜੀ ਅੰਮ੍ਰਿਤਸਰ ਅੱਛਾ ਅੰਮ੍ਰਿਤਸਰ ਮਾਝਾ ਹਾਂਜੀ ਮਾਝਾ ਪੈਂਦਾ ਨਾ ਹਾਂਜੀ ਹਾਂਜੀ ਦੁਆਬਾ ਕਿਹੜਾ ਹੋਇਆ ਜਲੰਧਰ ਸਾਈਡ ਹਾਂ ਤੇ ਮਾਲਵਾ ਇੱਕ ਤਾਂ ਹੁਣ ਬੈਲਟ ਰਹਿ ਗਈ ਬਠਿੰਡੇ ਵਾਲੀ ਹਾਂ ਬਠਿੰਡਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੀ ਏਮ ਕੀ ਹੈ ਜ਼ਿੰਦਗੀ ਦਾ ਜ਼ਿੰਦਗੀ ਦਾ ਏਮ ਹੈ ਇੱਥੇ ਰਹਿ ਕੇ ਤਾਂ ਇੱਕੋ ਹੀ ਏਮ ਹੈ ਹਾਂਜੀ ਉਹ ਤਾਂ ਪਹਿਲੇ ਸੈੱਟ ਕਰ ਲੈਣਾ ਫਿਰ ਇੱਥੇ ਆਉਣਾ ਓਕੇ ਓਕੇ ਕਿੰਨੇ ਪਰਸੈਂਟ ਨੰਬਰ ਸੀ 12ਵੀਂ 'ਚ 12ਵੀਂ 'ਚ ਮੇਰੇ ਹੀ 90% ਨੰਬਰ 90 ਮੇਰੀ ਗੱਲ ਸੁਣੋ ਤੁਹਾਨੂੰ ਸ਼ਰਮ ਸ਼ਰਮ ਹੈ ਇੰਨੇ ਨੰਬਰ ਨਾ ਚੰਗੇ ਲੱਗਦੇ 90 ਨੰਬਰ ਲੈਣੇ ਹਾਂਜੀ 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 ਤੁਸੀਂ ਮੈਨੂੰ ਲੱਗਦਾ ਐਂ ਪਾਸ ਹੋਏ ਹੋ ਜੀ ਨਾ ਨਹੀਂ ਸੱਚੀ ਗੱਲ ਹੈ ਹੱਸਣਾ ਮਤਲਬ ਕਿ ਇਹ ਤਾਂ ਚੱਲ ਮਜ਼ਾਕ ਹੈ 90 ਬਹੁਤ ਹੁੰਦੇ ਨੇ 30 ਫਿਰ 30 ਫਿਰ 30 ਸਭ ਤੋਂ ਵਧੀਆ ਸਬਜੈਕਟ ਕਿਹੜਾ ਲਾਦਾ ਸਭ ਤੋਂ ਵਧੀਆ ਸਬਜੈਕਟ ਮੈਥਮੈਟਿਕਸ ਮੈਥ ਕੋਈ ਸਾਨੂੰ ਫਾਰਮੂਲਾ ਫੁਰਮੂਲਾ ਸੁਣਾਓ ਕੋਈ ਪਰ ਸੁਣਾਉਣਾ ਗਾਇਕੀ ਦੇ ਵੇ ਨਾਲ ਅੱਛਾ ਹਾਂ ਸਾਇੰਸ ਸਕੁਅਰ ਅਲਫਾ ਹਾਂਜੀ ਹਾਂਜੀ ਕੋਸ ਸਕੁਅਰ ਅਲਫਾ ਆ ਫਿਰ ਠੀਕ ਹੈ ਇਕੁਅਲ ਟੂ ਹੁੰਦਾ 1 ਹੁੰਦਾ 1 ਬਹੁਤ ਵਧੀਆ ਫੜਾ ਕਰ ਲੈ ਸੈਵਨ ਆਪਣੀ ਬੂਦ ਮਸਾਲਾ ਸੋਡਾ ਤੇਰੇ ਲਈ ਮੇਰਾ ਭਰਾ ਜਿਉਂਦਾ ਬਸ ਰਿਹਾ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਆਓ ਜੀ ਆਓ ਵੀਰ ਆਜੋ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਕਿਰਪਾ ਰਾਜ ਗਾਣਾ ਸੁਣਾਓ ਜੀ ਹੈ ਗਾਣਾ ਸੁਣਾਓ ਗਾਣਾ ਵੱਧ ਕੇ ਸ਼ਰਾਬੀਆਂ ਦੀ ਜਾਈਏ ਹਿੰਡ ਦੇ ਚੜ੍ਹਦੀ ਸ਼ਰਾਬ ਆ ਕੇ ਕੋਲ ਪਿੰਡ ਦੇ ਸੱਦ ਕੇ ਸ਼ਰਾਬੀਆਂ ਦੀ ਜਾਈਏ ਹਿੰਡ ਤੇ ਚੜ੍ਹਦੀ ਸ਼ਰਾਬ ਆ ਕੇ ਕੋਲ ਪਿੰਡ ਤੇ ਮੂੜੀ ਉੱਤੇ ਆ ਕੇ ਬੱਕਰੇ ਬੁਲਾਵਣਾ ਉਨਾ ਚਿਰ ਪੀਤੀ ਦਾ ਪਤਾ ਨਹੀਂ ਲੱਗਦਾ ਜਿੰਨਾ ਚਿਰ ਡਿੱਗਦਾ ਗਲੀ ਚੋਂ ਆਵੇ ਨਾ ਉਨਾ ਚਿਰ ਪੀਤੀ ਦਾ ਪਤਾ ਨਹੀਂ ਲੱਗਦਾ ਕਿਆ ਬਾਤ ਹੈ ਬਹੁਤ ਵਧੀਆ ਥੈਂਕ ਯੂ ਸੋ ਮਚ ਲਓ ਜੀ ਸੈਵਨ ਅਪ ਨਿੰਬੂ ਮਸਾਲਾ ਸੋਡਾ ਤੁਹਾਡੇ ਲਈ ਕਮਾਲ ਮੇਰਾ ਭਰਾ ਆਓ ਜੀ ਆਪ ਫਿਜ਼ਿਕਸ ਏ ਡੇ ਟੂ ਲਿਵ ਵਿਦ ਫਿਜ਼ਿਕਸ ਮੈਂ ਤੁਹਾਨੂੰ ਪਹਿਲਾਂ ਕਿਹਾ ਅੱਜ ਪੜ੍ਹੇ ਲਿਖੇ ਬੱਚਿਆਂ ਕੋਲ ਆਏ ਹਾਂ ਜੀ ਮਾਈਕ ਤਾਂ ਫੜ ਲਓਗੇ ਫੜਨਾ ਨਹੀਂ ਫੜ ਲੈਂਗੇ ਪਿੱਛੇ ਹੀ ਖੜਾ ਜਿਵੇਂ SDM ਸਾਹਿਬ ਨਹੀਂ ਖੜੇ ਹੁੰਦੇ ਐਵੇਂ ਹਾਂ ਕਿਆ ਨਾਮ ਹੈ ਸਚਿਨ ਓਕੇ ਕਹਾਂ ਸੇ ਹਿਮਾਚਲ ਸੇ ਹਿਮਾਚਲ ਕਹਾਂ ਡਿਸਟ੍ਰਿਕਟ ਕਾਂਗੜਾ ਬੈਜਨਾਥ ਸਿੱਧੀ ਬੱਸ ਜਾਂਦੀ ਹੈ ਪਟਿਆਲੇ ਤੋਂ ਬੈਜਨਾਥ ਨੂੰ ਸਵੇਰੇ 6:30 ਵਜੇ ਬਿਲਕੁਲ ਜਾਂਦੀ ਹੈ ਜੀ ਮੈਨੂੰ ਤਾਂ ਪਤਾ ਨਹੀਂ ਮੇਰਾ ਤੁੱਕਾ ਹੀ ਮਾਰਿਆ ਸੀ ਨਹੀਂ ਸਹੀ ਜਾਂਦੀ ਹੈ ਊਂ ਹੀ ਕਰੀ ਜਾਂਦਾ ਹਾਂ ਵੀ ਚੱਲ ਟੀ ਵੀ ਵਾਲੇ ਆਏ ਨੇ ਪਤਾ ਹੀ ਹੋਣਾ ਇਹਨੂੰ ਸਾਰਿਆਂ ਨੂੰ ਕੱਖ ਨਹੀਂ ਪਤਾ ਮੈਨੂੰ ਤਾਂ ਮੈਂ ਤਾਂ ਊਂ ਹੀ ਛੱਡੀ ਜਾਂਦਾ ਚੱਲ ਜਾਂਦੀ ਹੋਊਗੀ ਨੰਗਲ ਟੱਪ ਕੇ ਹਨਾ ਨੰਗਲ ਮਹਿਤਪੁਰ ਅੱਗੇ ਊਨਾ ਅੱਗੇ ਬਹੁਤ ਕਮਾਲ ਦੇ ਹੁੰਦੇ ਨੇ ਪੜ੍ਹਨ ਵਾਲੇ ਸਾਡਾ ਮਾੜਾ ਕਿਤੇ ਦਾੜੀ ਦਾ ਵਾਲ ਵੱਜੇ ਨਾਲ ਹੀ ਨਾਈ ਕੋ ਭਾਜੀ ਦਾ ਇੱਧਰ ਦੇ ਫਕੀਰ ਬੰਦੇ ਨੇ PhD ਕਰਨੀ ਹੈ ਹੈਗੇ ਨਹੀਂ ਬਹੁਤ ਵਧੀਆ ਅੱਛਾ ਕੁਛ ਸ਼ੌਂਕ ਹੈ ਕੁਛ ਗਾਣੇ ਕਾ ਕੋਈ ਸ਼ਾਇਰ ਓ ਸ਼ਾਇਰੀ ਜਾਂ ਫਿਰ ਸਾਰਾ ਇਸ ਨੇ ਚੂਸ ਲਿਆ ਫਿਜ਼ਿਕਸ ਨੇ ਨਹੀਂ ਸ਼ਾਇਰ ਓ ਸ਼ਾਇਰੀ ਕਾ ਸ਼ੌਂਕ ਸ਼ਾਇਰ ਓ ਸ਼ਾਇਰੀ ਕਾ ਖਵਾਬ ਉੱਧਰ ਦੇਖ ਖਵਾਬ TV ਤਾਂ ਉੱਧਰ ਕੈਮਰਾ ਉੱਧਰ ਲੈ ਤੂੰ ਇੱਧਰ ਦੇਖ ਲੱਗ ਗਿਆ ਅੱਛਾ ਅਨੁਸ਼ਕਾ ਪਿੱਛੇ ਹੈ ਨਾ ਓਕੇ ਤੇਜ਼ ਹੈ ਬੰਦਾ ਉਹਨੂੰ ਕਹਿੰਦਾ ਖਵਾਬ ਉੱਧਰ ਦੇਖ ਖਵਾਬ ਹਾਂ ਹੁਣ ਮੇਰੇ ਵੱਲ ਦੇਖਿਆ ਹੈ ਜਾਮ ਜ਼ਹਿਰ ਕਿਆ ਕਿਆ ਹੈ ਆਏ ਹਾਏ ਹਾਏ ਖਵਾਬ ਜਾਮ ਜ਼ਹਿਰ ਕਿਆ ਕਿਆ ਹੈ ਕਿਆ ਕਿਆ ਹੈ ਫਿਜ਼ਿਕਸ ਵਾਲਾ ਜਾਣ ਸਾਹਿਬ ਹੈ ਮੈਂ ਆ ਗਿਆ ਹੂੰ ਬਤਾ ਇੰਤਜ਼ਾਮ ਕਿਆ ਕਿਆ ਹੈ
ਬੱਲੇ ਤੇਰੇ ਲਿਆ ਵੀ ਲਿਆ ਲਿਆ ਆ ਲੈ ਸੈਵਨ ਅਪ ਨਿੰਬੂ ਮਸਾਲਾ ਸੋਡਾ ਤੁਹਾਡੇ ਲਈ ਥੈਂਕ ਯੂ ਸੋ ਮਚ ਥੈਂਕ ਯੂ ਜਿੰਦਾਬਾਦ ਫਿਜ਼ਿਕਸ ਜਿੰਦਾਬਾਦ ਜਿੰਦਾਬਾਦ ਆਓ ਭਾਜੀ ਹਾਂ ਹਾਂ ਬੋਲੇ ਮੇਰੇ ਪੰਜਾਬੀ ਸਮਝ ਨਹੀਂ ਆਤੀ हिंदी भी समझ में आता है क्या आता है समझ में उड़िया 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 कहाँ से हो उड़ीसा से उड़ीसा से बल्ले बल्ले क्या बात है पंजाब तरक्की कर रहा है रोपड़ है उड़ीसा तो बंदे पहुंचे हुए नहीं खाने में क्या पसंद आया यहाँ पंजाब का आलू परोठा आलू आलू परोठा आलू परोठा अच्छा परोठा होता है क्या परोठा बस ठीक है क्या बोलते पराठा बोलते एक कितना परोठा है एक सब्जी होती है परठे की क्या है क्या आलू का परांठा परांठा जो हैवी है मेनू तो लिखते परांठा परांठा हाँ वो अच्छा ठीक है बढ़िया खेत नहीं है परांठे वाली ना लगता नहीं है ना पढ़ाई ऐसी कर रही है ना हाँ। आप क्या कर रहे हो जैसे वो भाई साहब सेम फिजिक्स ओके बहुत बढ़िया परिवार वहीं पे है कब जाते हो 6 महीने में जाता हूँ एक बार 6 महीने में एक बार जाते हो ओके कौन कौन है परिवार में सब है बच्चे नहीं है बच्चे नहीं तो मैंने कौन सा कहा कि बच्चे कैसे हैं यार आप खुद ही बता रहे हो कि बच्चे नहीं है मैंने पूछा बच्चे कैसे हैं हमारे में कौन कौन है परिवार में मम्मी डैडी दादा हाँ, दादी सब है तो बताओ ना फिर कौन कौन है आप सीधा बच्चों पे जा रहे हो आप तो आंसर भाई आप क्यों गए बच्चों पे आप तो बोल दिए कौन कौन है मैंने कहा परिवार में कौन कौन है आप कह रहे हो बच्चे है नहीं इसका मतलब बच्चे ही है बच्चे नहीं है हैं बच्चे हैं तेरे नहीं है बच्चे हैं छुपा छुपी कोई होंगे शादी हो गई है फिर भाई बच्चे क्यों नहीं है अभी अभी तो हुई है अच्छा अभी जाती हुई है ना ठीक है अच्छा अगर एक लाइन उनके लिए कहनी हो कुछ भी लाइन बोलना हो कोई सुनेहा देना हो अपनी बीवी को क्या दोगे प्यार ठीक है और कुछ नहीं और घर वालों को क्या कहना चाहोगे नमस्ते बहुत बढ़िया कट भी सेवन अप नींबू बहुत अच्छा सेवन अप नींबू मसाला सोडा आपके लिए सत श्रीकाल जी की नाम तुहाडा तनवीर ओके जी बहुत सोहनी दस्तार थैंक यू बहुत सोहना सूट थैंक यू केड़ा ईयर है जी इत्थे सर मैं तो इत्थे काम करदा अच्छा जी हां जी की सुनाओगे सर गल ही आंदी है गल्ला सुन लो अच्छा परिवार च कौन कौन मेरे मम्मी डैडी जी ताए जी ब्रदर एक कजन ओके सिस्टर है ओके जी ब्याह भी हो सर अजे किथे हो यार अजे टाइम है गाना नहीं सुनाना ਸਰ ਗਾਣਾ ਨਹੀਂ ਸਰ ਆ ਮੇਰੇ ਮੈਮ ਖੜੀ ਹੈ ਇਹਨਾਂ ਨੂੰ ਬੁਲਾ ਤੁਸੀਂ ਕੀ ਨਾਮ ਤੁਹਾਡਾ ਜੀ ਪੂਨਮ ਕਟਾਰੀਆ ਓਕੇ ਜੀ ਓਕੇ ਕਹਿੰਦੇ ਗਾਣਾ ਵਧੀਆ ਨਹੀਂ ਸਰ ਇਹ ਤਾਂ ਧੱਕਾ ਕਰ ਰਹੇ ਨੇ ਆਪਾਂ ਕੋਈ ਗਾਣੇ ਦੇ ਸ਼ੌਕੀਨ ਨਹੀਂ ਆ ਨਾ ਵਧੀਆ ਵਧੀਆ ਧੱਕਾ ਹੀ ਚੱਲ ਰਿਹਾ ਅੱਜ ਕੱਲ੍ਹ ਨਹੀਂ ਬਿਲਕੁਲ ਸੁਣਾਓ ਮੈਡਮ ਜੀ ਮੈਂ ਕਾਲਾ ਡੋਰਿਆ ਕੁੰਡੇ ਨਾਲ ਅੜੀ ਆਈ ਓ ਇੱਕ ਛੋਟਾ ਦੇਵਰਾ ਭਾਬੀ ਨਾਲ ਲੜ ਕੁਕੜੀ ਉਹ ਲੈਣੀ ਜਿਹੜੀ ਕੁੜ ਕੁੜ ਕਰਦੀ ਏ ਸਹੁਰੇ ਨਹੀਂ ਜਾਣਾ ਸੱਸ ਬੁੜ ਬੁੜ ਕਰਦੀ ਏ ਉਹ ਕੁਕੜੀ ਉਹ ਲੈਣੀ ਜਿਹੜੀ ਕੁੜ ਕੁੜ ਕਰਦੀ ਏ ਸਹੁਰੇ ਨਹੀਂ ਜਾਣਾ ਸੱਸ ਬੁੜ ਬੁੜ ਕਰਦੀ ਏ ਉਹ ਕਾਲਾ ਡੋਰਿਆ ਕੁੰਡੇ ਨਾਲ ਅੜ ਆਈ ਓ ਇੱਕ ਛੋਟਾ ਦੇਵਰ ਭਾਬੀ ਨਾਲ ਲੜ ਆਈ ਓ ਬਹੁਤ ਵਧੀਆ ਤੁਹਾਡੇ ਸਾਥ ਠੀਕ ਨੇ ਜੀ ਹਾਂਜੀ ਬਿਲਕੁਲ ਸਹੀ ਨੇ ਜੀ ਓਕੇ ਕਿੱਥੇ ਰਹਿੰਦੇ ਨੇ ਇਹ ਤਾਂ ਸਿਰਫ ਗਾਣਾ ਹੈ ਜੀ ਗਾਣੇ 'ਚ ਆਪਾਂ ਕਹਿ ਰਹੇ ਹਾਂ ਬਾਕੀ ਪਿਆਰ ਤਾਂ ਬਹੁਤ ਕਰਦੇ ਆਪਾਂ ਨੂੰ ਅੱਛਾ ਬਹੁਤ ਵਧੀਆ ਬਹੁਤ ਵਧੀਆ ਐਵੇਂ ਕਿਸੇ ਦੇ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮਨੀਰ ਦੇ ਵਿੱਚ ਕੰਟੀਨਿਊ ਮਨੀਰ ਇਜ਼ ਬ੍ਰੌਟ ਟੂ ਯੂ ਬਾਈ 7 ਅਪ ਨਿੰਬੂ ਮਸਾਲਾ ਸੋਡਾ ਅਸਲੀ ਨਿੰਬੂ ਤੇ ਮਸਾਲਾ ਪਾ ਕੇ IIT ਰੋਪੜ ਬਹੁਤ ਵਧੀਆ ਕੈਂਪਸ ਉੱਥੇ ਗੱਲਾਂ ਬਾਤਾਂ ਚੱਲੀ ਜਾਂਦੀਆਂ ਨੇ ਜੀ ਤੇ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਦਸਤਾਰ ਸ਼ੁਕਰੀਆ ਜੀ ਔਰ ਕੰਬੀਨੇਸ਼ਨ ਬਹੁਤ ਸੋਹਣਾ ਥੈਂਕ ਯੂ ਜੀ ਕੀ ਨਾਮ ਤੁਹਾਡਾ ਕੁਲਜੀਤ ਸਿੰਘ ਗਰੇਵਾਲ ਜੀ ਓਕੇ ਗਰੇਵਾਲ ਸਾਹਿਬ ਕਿੱਥੋਂ ਮੈਂ ਪਟਿਆਲੇ ਤੋਂ ਜੀ ਪਟਿਆਲੇ ਤੋਂ ਸ਼ਾਹੀ ਸ਼ਹਿਰ ਪਟਿਆਲਾ ਤੇ ਇੱਥੇ PhD PhD ਹਾਂ ਕੰਪਲੀਟ ਹੋ ਗਈ ਕੰਪਲੀਟ ਹੋ ਗਈ ਜੀ ਡਾਕਟਰ ਸਾਹਿਬ ਬਣ ਗਏ ਜੀ ਚਲੋ ਬਹੁਤ ਵਧੀਆ ਹੋਰ ਪਰਿਵਾਰ 'ਚ ਕੌਣ ਕੌਣ ਜੀ ਪਰਿਵਾਰ 'ਚ ਮੰਮੀ ਡੈਡੀ ਓਕੇ ਜੀ ਹੁਣ ਤਾਂ PhD ਹੋ ਗਈ ਜੀ ਫਿਰ ਹੁਣ ਕੈਨੇਡਾ ਕੈਨੇਡਾ ਜਾਣਾ ਜੀ ਹਾਂ ਨਾ ਫਿਰ ਹੁਣ ਬਾਜਾ ਬੂਜਾ ਵਜਾ ਲਓ ਜੀ ਫਿਰ ਕਰ ਦਿਓ ਕਿ ਹੋ ਗਿਆ ਉਹ ਨਹੀਂ ਛੜੇ ਹਾਂ ਹਜੇ ਛੜੇ ਹੋ ਜੀ ਉਹਨਾਂ ਵਾਂਗੂ ਛੜੇ ਹੋ ਕਿ ਸੱਚੀ ਛੜੇ ਹੋ ਹਾਂ ਸੱਚੀ ਛੜੇ ਪਹਿਲਾਂ ਵੀ ਉਹ ਬਾਈ ਛੜਾ ਕਰਕੇ ਬਾਅਦ ਕਹਿੰਦਾ ਮੇਰਾ ਇੱਕ ਮੁੰਡਾ ਵੀ ਹੈਗਾ ਜੀ ਨਹੀਂ ਉਹ ਤਾਂ ਗਾਣਾ ਵੀ ਗਾਉਣਾ ਸੀ ਹੈ ਨਾ ਓਕੇ ਕੀ ਸੁਣਾਓਗੇ ਜੀ ਭਾਜੀ ਬੋਲੀ ਪਾ ਦਿੰਦੇ ਬੋਲੀ ਪਟਿਆਲੇ ਵਾਲੇ ਮੁੰਡੇ ਓ ਟੋਲਾ 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 ਨਿਤ ਨਵੀਂ ਆਵੇ ਕੰਪਨੀ ਇਹ ਹੈਗੀ ਆ ਪਲੇਸਮੈਂਟ ਤੇ ਓਕੇ ਜੀ ਓ ਵੀ ਟੋਲਾ 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 ਨਿਤ ਨਵੀਂ ਆਵੇ ਕੰਪਨੀ ਹਰ ਪਾਸੇ ਇਹੀ ਰੌਲਾ ਵੀ ਪੁੱਤ ਜੱਟਾਂ ਦਾ GD ਚੋਂ ਰਹਿ ਗਿਆ
ਉਹ ਵੀ ਪੁੱਤ ਜੱਟਾਂ ਦਾ ਜੀੜੀ ਚੋ ਰਹਿ ਗਿਆ ਕਹਿੰਦਾ ਕਿੰਜ ਅੰਗਰੇਜ਼ੀ ਬੋਲਾਂ ਨੀ ਤੂੰ ਵੀ ਬੁੱਲੀਆਂ 'ਚ ਹੱਸ ਕੇ ਸਾਰਗੀ ਓ ਨੀ ਤੂੰ ਵੀ ਬੁੱਲੀਆਂ 'ਚ ਹੱਸ ਕੇ ਸਾਰਗੀ ਦਿਲ ਦਾ ਰੱਖ ਗਈ ਓਲਾ ਹੁਣ ਮੁੰਡਾ ਪਾਲੇ ਨੌਕਰੀ ਪਹਿਲਾਂ ਲੱਭਦਾ ਰਿਹਾ ਪਟੋਲਾ ਹੁਣ ਮੁੰਡਾ ਪਾਲੇ ਨੌਕਰੀ ਲੱਭਦਾ ਰਿਹਾ ਪਟੋਲਾ ਹੁਣ ਮੁੰਡਾ ਪਾਲੇ ਨੌਕਰੀ ਥੈਂਕ ਯੂ ਸੋ ਮਚ ਸ਼ੁਕਰੀਆ ਥੈਂਕ ਯੂ ਸੋ ਮਚ ਗਰੇਵਾਲ ਸਾਹਿਬ ਥੈਂਕ ਯੂ ਸੋ ਮਚ ਸੈਵਨ ਆਪ ਨਿੰਬੂ ਮਸਾਲਾ ਸੋਡਾ ਤੁਹਾਡੇ ਲਈ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਮੇਰਾ ਵੀਰਾ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਨਮਸਤੇ ਨਮਸਤੇ ਕੀ ਨਾਂ ਤੁਹਾਡਾ ਉਜਵਲ ਗੋਇਲ ਕੀ ਸੁਣਾਓਗੇ ਡਾਂਸ ਕਰਦੇ ਜੀ ਕਿਹੜੇ ਗਾਣੇ ਤੇ ਇੰਗਲਿਸ਼ ਕੇ ਗਾਣੇ ਇੰਗਲਿਸ਼ ਗਾਣੇ ਤੇ ਹਾਂਜੀ ਬਹੁਤ ਚਲ ਪੜਨ ਵਾਲੇ ਬੱਚੇ ਨੇ ਅੰਗਰੇਜ਼ੀ ਦੇ ਨੱਚ ਸਕਦੇ ਤੁਸੀਂ ਨੱਚ ਸਕਦੇ ਅੰਗਰੇਜ਼ੀ ਦੇ ਅੰਗਰੇਜ਼ੀ ਗਾਣਾ ਲਾਓ ਜੀ ਮੁੰਡੇ ਨੇ ਭੰਗੜਾ ਪਾਉਣਾ ਬਹੁਤ ਵਧੀਆ ਬੰਦਾ ਵੱਧ ਪੜ੍ਹ ਜੇ ਆਹੀ ਹਾਲ ਹੁੰਦਾ ਹਾਂਜੀ ਹੋਰ ਨਵੀਂ ਤਾਜੀ ਪਰਿਵਾਰ 'ਚ ਕੌਣ ਕੌਣ ਪਰਿਵਾਰ ਜੀ ਜੁਆਇੰਟ ਫੈਮਿਲੀ ਹੈ ਮੰਮੀ ਮੰਮਾ ਪਾਪਾ ਚਾਚੂ ਚਾਚੀ ਸਾਰੇ ਮੰਮਾ ਪਾਪਾ ਚਾਚੂ ਚਾਚੀ ਚਾਚੂ ਚਾਚੀ ਹਾਂਜੀ ਹੋਰ ਭੈਣ ਭਰਾ ਭੈਣ ਭਰਾ ਹੋਰ ਹੋਰ ਬਸ ਦਾਦੀ ਨਾਲ ਦਾਦੀ ਜੀ ਨਾਲ ਚਲੋ ਬਹੁਤ ਵਧੀਆ ਸਾਰਿਆਂ ਨੂੰ ਇੱਥੇ ਕਿਹੜਾ ਕੀ ਕਰਦੇ ਹੋ ਇੱਥੇ ਬੀ ਟੈਕ ਕਰ ਰਹੇ ਬੀ ਟੈਕ ਚਲੋ ਬਹੁਤ ਵਧੀਆ ਬਹੁਤ ਵਧੀਆ ਜਿਹੜਾ ਤੁਹਾਡਾ ਏਮ ਹੈ ਤੁਸੀਂ ਉੱਥੇ ਜ਼ਰੂਰ ਪਹੁੰਚੋ ਲਓ ਜੀ ਥੈਂਕ ਯੂ ਸੋ ਮਚ ਆਪਣੀ ਮਸਾਲਾ ਥੋੜ੍ਹਾ ਥੈਂਕ ਯੂ ਕੀ ਜੀ ਨਾ ਕੀ ਨਾਂ ਤੁਹਾਡਾ ਕਰਨ ਸਿੰਘ ਜੀ ਓਕੇ ਜੀ ਕੀ ਸੁਣਾਓਗੇ ਜੀ ਸੁਣਾਏ ਤਾਂ ਕੋਈ ਮਾਸਟਰ ਰੁਕੀ ਨਹੀਂ ਜੀ ਕਿਆ ਸੁਣਾਏਗੀ ਆਪਕੋ ਨਾ ਮੈਂ ਕਿਹੜਾ ਮਾਸਟਰ ਹਾਂ ਜੀ ਮਾਸਟਰ ਰੁਕੀ ਹੋ ਜੀ ਆਪ ਨਾ ਨਾ ਮੈਂ ਤਾਂ ਤੁਹਾਡੇ ਤੋਂ ਵੀ ਛੋਟਾ ਲਾ ਦਾਂ ਜੀ ਅੱਛਾ ਜੀ ਅਤੇ ਕਿੱਥੋਂ ਜੀ ਸਿਰਸਾ ਸਿਰਸਾ ਓਕੇ ਓਕੇ ਜੀ ਚਲੋ ਬਹੁਤ ਵਧੀਆ ਮਾਰੇ ਭਾਗ ਲੈਣ ਹੋਰ ਪਰਿਵਾਰ ਰਾਜੀ ਖੁਸ਼ੀ ਸਭ ਬੜੀਆ ਜੀ ਕੌਣ ਕੌਣ ਜੀ ਪਰਿਵਾਰ 'ਚ ਪਰਿਵਾਰ ਪੂਰਾ ਜੀ ਬਾਪੂ ਕਾ ਹੀ ਪੂਰਾ ਔਰ ਮੇਰਾ ਹੀ ਪੂਰਾ ਹੈ ਓਕੇ ਜੀ ਓਕੇ ਨਾ ਬਾਪੂ ਕੋ ਜ਼ਰੂਰਤ ਹੈ ਨਾ ਮੁਝੇ ਜ਼ਰੂਰਤ ਹੋਰ ਓਕੇ ਓਕੇ ਬਹੁਤ ਵਧੀਆ ਬਹੁਤ ਵਧੀਆ ਕਿੰਨੇ 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 ਬੱਚੇ ਨੇ ਜੀ ਮੇਰੇ ਤਿੰਨ ਬੱਚੇ ਜੀ ਬਹੁਤ ਵਧੀਆ ਬਾਪੂ ਕੇ ਪੰਜ ਬੱਚੇ ਥੇ ਜੀ ਬਾਪੂ ਕੇ ਪੰਜ ਬੱਚੇ ਅੱਗੇ ਪਿੱਛੇ ਚੱਲ ਰਹੇ ਹੈ ਜੀ ਤੁਹਾਡੇ ਤਿੰਨ ਬੱਚੇ ਆ ਥੋੜ੍ਹਾ ਹੀ ਪਿੱਛੇ ਹਾਂ ਥੋੜ੍ਹਾ ਹੀ ਪਿੱਛੇ ਜੀ ਅਤੇ ਬਾਕੀ ਭੈਣ ਭਰਾ ਕਿੱਥੇ ਨੇ ਜੀ ਸਾਰੇ ਸਾਰੇ ਸਿਸਟਰੋਂ ਕੀ ਸ਼ਾਦੀ ਹੈ ਬ੍ਰਦਰ ਆਪਣੇ ਕੰਮ ਪੇ ਜੀ ਓਕੇ ਜੀ ਉਹ ਵੀ ਫਿਰ ਸਹੀ ਨਹੀਂ ਨਹੀਂ ਉਹ ਜੋਧਪੁਰ ਨਿਫਟ ਕਾਲਜ ਓਕੇ 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 ਬਹੁਤ ਵਧੀਆ ਬਹੁਤ ਵਧੀਆ ਹਾਂ ਲਓ ਜੀ ਸੈਵਨ ਆਪਣੀ ਮਸਾਲਾ ਥੋੜ੍ਹਾ ਤੁਹਾਡੇ ਲਈ ਥੈਂਕ ਯੂ ਸੋ ਮਚ ਸਾਰਾ ਪਰਿਵਾਰ ਖੁਸ਼ ਰਹੇ ਜਿਹੜੇ ਅਗਲੇ ਜਵਾਕ ਵੀ ਆਉਣ ਉਹ ਵੀ ਖੁਸ਼ ਰਹਿਣ ਤੁਹਾਡਾ ਦੀਪਕ ਬੈਂਸ ਦੀਪਕ ਬੈਂਸ ਓਕੇ ਓਕੇ ਅਤੇ ਕੀ ਸ਼ੌਂਕ ਨੇ ਜੀ ਸ਼ੌਂਕ ਜੀ ਮੂਵੀਜ਼ ਦੇਖਣੀਆਂ ਸਟੱਡੀ ਕਰਨੀ ਅਤੇ ਗਾਣੇ ਗਾਣੇ ਬਸ ਆਈ ਪਰਿਵਾਰ 'ਚ ਕੌਣ ਕੌਣ ਡੈਡੀ ਹੈ ਬ੍ਰਦਰ ਹੈ ਸਿਸਟਰ ਹੈ ਔਰ ਮੈਂ ਓਕੇ ਜੀ ਓਕੇ ਕਿੱਥੇ ਰਹਿੰਦਾ ਪਰਿਵਾਰ ਜਲੰਧਰ ਜਲੰਧਰ ਤੋਂ ਬਾਬਾ ਬੈਲਟ ਹਾਂਜੀ ਕੀ ਸੁਣਾਓਗੇ ਗਾਣਾ ਸਾਰੇ ਨੇ ਤੇਰੇ ਸੁਪਨੇ ਲਗੇ ਆ ਮੈਨੂੰ ਹਾਏ ਓ ਰੱਬ ਖੈਰ ਕਰੇ ਹਾਂ ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਹਾਂ ਮੈਨੂੰ ਸੁਪਨੇ ਲਗੇ ਆ ਤੇਰੇ ਓਨ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਸੈਵਨ ਆਪਣੀ ਕੋਈ ਮਸਾਲਾ ਥੋੜਾ ਥੋੜੇ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਨਾਂ ਤੁਹਾਡਾ ਜਸ਼ਨ ਕੀ ਸ਼ੌਂਕ ਨੇ ਸ਼ੌਂਕ ਬਹੁਤ ਹੈ ਭਾਜੀ ਭੰਗੜਾ ਕਰੀਦਾ ਕਿਹੜਾ 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 ਈਅਰ ਹੈ ਇੱਥੇ ਫਸਟ ਈਅਰ ਹੈ ਭਾਜੀ ਫਸਟ ਈਅਰ ਹਾਂਜੀ ਕਿੱਥੋਂ ਬਿਲੋਂਗ ਕਿੱਥੋਂ ਕਰਦੇ ਹੋ ਅੰਮ੍ਰਿਤਸਰ ਤੋਂ ਮਾਝਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਪਿੰਡ ਕਿਹੜਾ ਉੱਥੇ ਕੀ ਖਾਸ ਅੰਮ੍ਰਿਤਸਰ ਸ਼ਹਿਰ ਤੋਂ ਸ਼ਹਿਰ ਤੋਂ ਹਾਂਜੀ ਕੀ ਸੁਣਾਓ ਭੰਗੜਾ ਪਾਉਣਾ ਭੰਗੜਾ ਪਾਉਂਦੇ ਜੀ ਪੂਰੀ ਟੀਮ ਤਾਂ ਹੈ ਨਹੀਂ ਪੰਜ ਕੁ ਬੰਦੇ ਹੈਗੇ ਆਪਾਂ ਕਰ ਦਾਂਗੇ ਤੁਹਾਨੂੰ ਪੰਜ ਕਿੱਥੇ ਨੇ ਬੋਲੇ 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 ਕੀ ਹਾਲ ਆ ਉਹਨੂੰ ਸੁਣਾ ਮਾਈਕ ਸਾਥ ਨੂੰ ਸਤਿ ਸ਼੍ਰੀ ਅਕਾਲ ਬਾਈ ਕਿੱਦਾਂ ਚਾਰ ਆ ਗਏ ਪਰ ਤੂੰ ਹੀ ਦੇਖ ਰਿਹਾ ਬਹੁਤ ਵਧੀਆ ਤੇਰੀ ਘਰ ਨੂੰ ਬਹੁਤ ਫਾਇਦਾ ਆਉਣਾ ਤੁਹਾਨੂੰ ਲੋੜ ਹੀ ਨਹੀਂ ਹੈਗੀ ਤੂੰ ਹੀ ਸਾਰਾ ਕਰੇਂਗਾ ਜਾਲੇ ਜੁਲੇ ਆਈ ਹੱਥ ਨਾਲ ਹੀ ਨਹੀਂ ਲੋਕ ਉਵੇਂ ਪੌੜੀਆਂ ਲੈਂਦੇ ਫਿਰਦੇ ਨੇ ਦੂਜੀ ਸਿੱਧਾ ਹੀ ਹੱਥ ਨਾਲ ਹੀ ਫੜ ਲਿਆ ਕਿ ਤੇਰੇ ਜਵਾਕ ਦੀ ਪਤੰਗ ਗੜ ਗਈ ਪੇਟ ਤੇ ਐਂ ਲਾਇਆ ਕਰੇਂ ਕਿਆ ਬਾਤ ਹੈ ਕਿੰਨਾ ਕਰਦਾ ਛੇ ਚਾਰ ਛੇ ਚਾਰ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਕੰਮ ਪੁਲਿਸ ਪੜ੍ਹ ਚੋਣਾ ਹੀ ਭਰਤੀ ਨਾ ਵਧੀਆ ਹੈ ਆਈ ਆਈ ਟੀ ਚ ਆਇਆ ਜੀ ਆਈ ਆਈ ਟੀ ਠੀਕ ਹੈ ਨਾ ਠੀਕ ਹੈ ਵਧੀਆ 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 ਨਕਲ ਵਧੀਆ ਮਾਰ ਲੈਂਦਾ ਮੈਂ ਤੁਹਾਨੂੰ ਉੱਪਰੋਂ ਦੇਖ ਜਾਂਦਾ ਉਹ ਤੈਨੂੰ ਐਵੇਂ ਆਇਆ ਬਸ ਠੀਕ ਹੈ ਨਹੀਂ ਸਾਡੇ ਵਰਗੇ ਐਂ ਜੇ ਬੈਠੇ ਰਹਿੰਦੇ ਨੇ ਕਿ ਨਹੀਂ ਹਾਂਜੀ ਉਹ ਤਾਂ ਹੈਗਾ ਪਾਓ ਫਿਰ ਭੰਗੜਾ ਬਹੁਤ ਵਧੀਆ ਮੁੰਡੇ ਛਾਗੇ ਕਿਆ ਬਾਤ ਹੈ ਕਿਆ ਬਾਤ ਹੈ ਜਲੰਧਰ ਅੰਮ੍ਰਿਤਸਰ ਯਮੁਨਾਨਗਰ ਸਾਰੇ ਛਾਗੇ
चलो जी इस मसालेदार परफॉर्मेंस तो बाद भंगड़े की परफॉर्मेंस तो बाद हम वक्त है छोटे जे ब्रेक का मिलता है एक निके जे ब्रेक तो बाद इंजॉय करते रहो कंटीनी मंडीर का स्पेशल एपीसोड कंटीनी मंडीर इज ब्रॉट टू यू बाय 7 अप नींबू मसाला सोडा असली नींबू से मसाला पा के मिलते हैं जी एक छोटे जे ब्रेक तो बाद थैंक यू सो मच नींबू मसाला सोडा दिस इज माई फेवरेट प्यार भरी सत श्री अकाल जी लगे हाजिर हो चुके थोड़ा सारा फेवरेट शो शो का नाम है जी कंटीन्यू मंडीर इज ब्रॉट टू यू बाय 7 अप नींबू मसाला सोडा असली नींबू मसाला पा के IIT रोपड़ बहुत बड़ा कैंपस बहुत वधिया शानदार कैंपस बच्चे जरूर अपनी घर चल गए क्योंकि छुट्टियां सीगियां जी पंजाब दे विच इको IIT कैंपस हैगा और रोपड़ दे विच सो साढ़े सारे लई माण वाली गल है तो रोपड़ जिले लई माण वाली गल है सो करदे हां जी गलबात शुरू आओ जी सत श्री अकाल जी की नाम तुहाडा मेरा नाम हरप्रीत कौर है मैं इतने लाइब्रेरी में हाँ असिस्टेंट लाइब्रेरी इनफॉर्मेशन ऑफिसर अच्छा जी मैं बड़ी खुशी है कि तुम साढ़े भी कैंपस में आके शो कर रहे हो थैंक यू बड़ी मेहरबानी जी बड़ा बढ़िया कैंपस हाँ जी कितने रहने हो जी मैं मोहाली तो जी हाँ जी परिवार कौन कौन परिवार में मेरे मम्मी पापा ने मेरा ब्रदर है कैनेडा के कनेडा कितने जी कैनेडा ब्रैम्पटन के ओके ओके पढ़ता होगा मेरा नहीं वो सैटल्ड है जॉब कर रहे ओके चलो ठीक है जी की सुनाओगे जी मैं तुम अज एक गाना सुनावगी ओके नुसरत फतेह अली खान जी हाँ जी मेरे रश के कंवर तुमको मेरी कसम मेरे रश के कंवर कोई नहीं कट करो जी कहता जी कहता और फोन करो जी की कहना जी एक मिनट मैं अपनी आप ही हो नींबू मसाला नींबू मसाला मेरे रश के कवर तूने पहली नजर जब नजर से मिलाई मजा गया वर्क सी गिर गई काम ही कर गई मिली ऐसे नजर आग सी लग गई थैंक यू बड़ी मेहरबानी आ लो जी सेवन अपनी मसाला थोड़ा थोड़ा ली थैंक यू हरी सिंह नलुए वर्गे सूरमे जिन्ना जान कौम तो बारी साडिया पगा दी दुनिया ते सरदारी साडिया पगा दी दुनिया ते सरदारी साडिया पगा दी दुनिया ते सरदारी साडिया पगा दी थैंक यू सो मच सर लो जी सेवन अपनी बूंद मसाला थोड़ा थोड़ी थैंक यू नमस्कार जी नमस्कार क्या नाम है जी आपका सर मुकेश जी ओके जी कहाँ से सर जयपुर से एक्चुअली चौमू से हूँ चौमू हाँ ये क्या है जी चौमू चौमू मतलब काफ़ी लोग ऐसा बोलते हैं चौमू के पास में जयपुर है ये बहुत फेमस जगह है राजस्थान की ओके नहीं आप कहाँ से हो चौमू से नहीं आप राजस्थान से हो या राजस्थान में जयपुर पड़ता है ना जी हाँ जी आप चौमू से हो या जयपुर से हो और डिस्ट्रिक्ट बोले तो जयपुर से हैं पर टाउन चौमू है ओके जिला हाँ जिला जयपुर शहर चौमू हाँ जी ओ हुण समझ आया चौमू ठीक है फिर ये इतनी दूर क्यों आए आप छोड़ के चौमू पंजाब पहाड़ छोड़ दिया चौमू हाँ एक्चुअली मैं बाहर था मुझे इंडिया आना था बाहर तो, कहाँ थे आप बाहर कनाडा था चौमू से भी बाहर आप थे कनाडा में हाँ जी तो कनाडा से आना था आपको चौमू इंडिया आना था पहला स्टेप इंडिया यहाँ से चौमू जाएंगे फिर ओके पहले आपको इंडिया आना था तो सबसे पहले आप कहाँ पे आए कनाडा से दिल्ली आए दिल्ली से चंडीगढ़ दिल्ली से आए आप चंडीगढ़ से आप आए रोपड़ में आज आप हो हमारे साथ बातचीत कर रहे हो इसके बाद आप जाओगे कहाँ चौमू सभी जानते हैं कहाँ जाओगे चौमू और कौन कौन है चौमू में यहाँ पे भी है 3-4 लोग चौमू नहीं नहीं आपका घर परिवार कहाँ पे है चौमू में वो तो पता है चौमू में
अरे कौन कौन रहता है घर परिवार में, कौन कौन है पेरेंट फैमिली में, कौन कौन है जो चोमू में रहती है? अच्छा, चोमू में जो आप यश चोपड़ा की मूवीज देखते हैं? हाँ जी। वैसा हमारा बहुत बड़ा फैमिली है, हम 70 लोग एक ही घर में रहते हैं। ओ बल्ले 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 बल्ले, 70 लोग एक घर? हाँ चोमू में। हाँ जी। कौन कौन है 70, कौन बताइए अब? पिताजी और 5 भाई हैं। पिताजी और 5 भाई हैं, 6 बंदे तो यही हो गए। नहीं नहीं नहीं, टोटल टोटल 6 हो गए ना, पिताजी और उनके 4 भाई। पिताजी और उनके 4 भाई। हाँ, अच्छा वैसे टोटल 5 हो गए। हाँ ठीक है जी, 5 ये हो गए, पिताजी और उनके 4 भाई, भाई टोटल हो गए 5। 5 ये कहाँ रहते हैं? चोमू। आगे कौन है जी? आगे फिर मेरी जनरेशन के लोग हैं, हम 13 भाई हैं, 8 बहनें हैं। बल्ला 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 बल्ला, यार चोमू में करते क्या हैं, यही करते हैं यार? 21 बच्चे, 13 भाई, ये सभी के हैं या आप? सभी के। अच्छा सभी के हैं, ओ मैंने कह दिया कहीं आप टोटल ही। ये 21 बच्चे, अच्छा मतलब कि 5 भाइयों के आगे 21 बच्चे हो गए। हाँ जी। 21 और 5 21 और 5 26 क्या यार, 26 और ये 26 हो गए। हाँ। आगे फिर और बताइए ना, 5 की 5 बीवियां। हाँ। जैसे आपके मम्मी। हाँ हाँ। आपके ताई जी या चाची जी कुछ भी हो गया तो 26 5 ही है ना? 26 और 5 31। हाँ। आगे फिर 70 पूरे करने हैं, अब आगे कौन कौन है जी? 70 हो जाएंगे पूरे मैं। अच्छा पहले प्लान किया हुआ है? मैं सबसे छोटा हूँ। आप सबसे छोटे हो? मैं सबसे छोटा हूँ, तो मेरे से बड़े हैं, उनकी भी शादी वगैरह हो रखी है, उनके भी बच्चे हैं। ओहो, 3 जनरेशन रहते हैं एक साथ। 3, वाह। आजकल एक मैसेज भी जाता है कि कट्ठिया 3 जनरेशन रहिंदियां ने, 5 भरा अगों दे टोटल 21 जवाक, 21 दे अगों कई सौ 2100 जवाक होंगे और ये टोटल 70। क्या बात है क्या बात है क्या बात है, क्या सुनाओगे, कुछ सुनाइए कुछ अपना। सुनाऊंगा नहीं यार, मैं तो डांस करूंगा। डांस डांस अपनी बूंद मसाला थोड़ा थोड़े लिए। नींबू मसाला, नींबू मसाला, आ जाओ आ जाओ आ जाओ आ जाओ। सत श्री अकाल जी, थोड़ी कंटीन कडून ला दी इथे। पंजाबी? क्या पंजाबी जी? बिल्कुल। हां क्या नाम है? प्रणव। प्रणव कहां से हो? मैं जी बदायूं उत्तर प्रदेश। उत्तर प्रदेश से। आप क्या करते हो जी यहां पे? मैं जी यहां से एमटेक कर रहा हूं जी। ओके, कैंटीन का ठेका आपके पास है? जी बिल्कुल नहीं जी है। हाँ हाँ हाँ। क्योंकि बच्चा बाकी तो यार इतने इतने से हैं आप अकेले। चलो बहुत बढ़िया बहुत बढ़िया, खाने पीने वाले घर से बिलोंग करते हो, क्या सुनाओगे? मैं जी दिल दियां गल्ला सॉन्ग सुनाऊंगा। दिल दियां गल्ला। सच्ची डोरियों 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 से मैनू तू बांध ले, पक्की यारियों 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 में होंदे ना फासले, मैं नाराजगी कागजी सारी तेरी, मेरे सोनिया सुन ले मेरी दिल दिया गल्ला। करांगे नाल नाल बैके अख नाल अख नू मिला के दिल दिया गल्ला, करांगे रोज रोज बैके सच्चिया मुहब्बत निभा के। बहुत बढ़िया बहुत बढ़िया, थैंक यू सो मच, थैंक यू। जफी 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 बापरा, बहुत बढ़िया। मैं दो 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 सेठ सेठ देख दो दो दो, गॉड ब्लेस यू, बहुत सोहनी आवाज मेरा भरा। चलो जी बक्ता, छोटे जे ब्रेक ना मिल देंगे, छोटे जे ब्रेक तो बाद एंजॉय करते रहो। कंटिन्यू इंडिया स्पेशल एपिसोड इज ब्रॉट टू यू बाय 7 अप नींबू मसाला सोडा, असली नींबू दे मसाला पाके IIT रोपड़। बहुत बढ़िया एपिसोड, थैंक यू सो मच।
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਡੀ ਦੀ ਮਰੀਜ਼ ਦੇ ਵਿੱਚ ਕੰਡੀ ਦੀ ਮਰੀਜ਼ ਬ੍ਰੌਟ ਟੂ ਯੂ ਬਾਈ 7UP ਨਿੰਬੂ ਦਾ ਮਸਾਲਾ ਸੋਡਾ ਅਸਲੀ ਨਿੰਬੂ ਦੇ ਮਸਾਲਾ ਪਾ ਕੇ ਹੁਣ ਵਾਰੀ ਹੈ ਜੀ ਫੈਕਲਟੀ ਮੈਂਬਰਸ ਨਾਲ ਗੱਲਬਾਤ ਕਰਨ ਦੀ ਸੋ ਸਾਡੇ ਕੋਲ ਫੈਕਲਟੀ ਇੱਥੇ ਖੜੀ ਜੀ ਇਸ ਬੰਨੇ ਸਟਾਫ ਐਂਡ ਫੈਕਲਟੀ ਮੈਂਬਰ ਸਾਰੇ ਜ਼ਰੂਰ ਆਉਣ ਆਓ ਜੀ ਤੁਹਾਡਾ ਸ਼ੁਭ ਨਾਮ ਜੀ ਪ੍ਰੀਤਿੰਦਰ ਕੌਰ ਓਕੇ ਤੁਸੀਂ ਮੈਡਮ ਇੱਥੇ ਕੀ ਸਾਂਭਿਆ ਹੋਇਆ ਪਬਲਿਕ ਰਿਲੇਸ਼ਨ ਆਫਿਸਰ ਹੈ ਇੱਥੇ ਪਬਲਿਕ ਰਿਲੇਸ਼ਨ ਆਫਿਸਰ ਕਦੋਂ ਤੋਂ ਇਸ ਕਾਲਜ ਕਾਲਜ ਇੰਸਟੀਚਿਊਟ ਦੇ ਵਿੱਚ ਤੁਸੀਂ 2017 ਤੋਂ ਪਿਛਲੇ ਸਾਲ ਅੱਛਾ ਪਿਛਲੇ ਸਾਲ ਹੀ ਆਏ ਹੁਣ ਤੱਕ ਦਾ ਸਫਰ ਕਿਦਾਂ ਰਿਹਾ ਜੀ ਬਹੁਤ ਵਧੀਆ ਓਕੇ ਜੀ ਓਕੇ ਯੂ ਰੀਅਲੀ ਗੁੱਡ ਸੁਨੇਹਾ ਕੀ ਦੇਣਾ ਚਾਹੋਗੇ ਜੀ ਕਿ ਯੂਥ ਨੂੰ ਕਿ ਯੂਥ ਵੀ ਜੁੜਿਆ ਹੋਇਆ ਆਪਣੀ ਲਾਈਫ ਦੇ ਵਿੱਚ IIT ਵਰਗਾ ਅਗਰ ਇੰਸਟੀਟਿਊਟ ਤੁਹਾਨੂੰ ਲਾਈਫ 'ਚ ਕਦੀ ਅਪੋਰਚੁਨਿਟੀ ਮਿਲਦੀ ਹੈ ਇੱਥੇ ਆਉਣ ਦੀ ਤਾਂ ਜ਼ਰੂਰ ਇਸ ਚੀਜ਼ ਨੂੰ ਅਵੇਲ ਕਰੋ ਅਤੇ ਮੈਕਸੀਮਮ ਆਪਣੀ 10th ਔਰ ਪਲੱਸ 2 ਦੇ ਵਿੱਚ ਜਿਹੜੇ ਆਪਣੇ ਗ੍ਰੇਡਸ ਹੈ ਉਸਨੂੰ ਕੰਸਿਸਟੈਂਟ ਰੱਖੋ ਅਤੇ ਅੱਛੇ ਮੈਂਬਰ ਲੈ ਕੇ IIT JEE ਐਡਵਾਂਸ ਦਾ ਜਿਹੜਾ ਰਿਜ਼ਲਟ 10 ਤਰੀਕ ਨੂੰ ਆਉਂਦਾ ਮੇਰੇ ਵੱਲੋਂ ਸਾਰਿਆਂ ਨੂੰ ਰਿਜ਼ਲਟ ਲਈ ਆਲ ਦਾ ਬੈਸਟ ਅਤੇ ਪਰਮਾਤਮਾ ਕਰੇ ਪੰਜਾਬ 'ਚੋਂ ਮੈਕਸੀਮਮ ਬੱਚੇ IIT ਰੋਪੜ ਵਿੱਚ ਆਉਣ ਅਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰੇ ਬਹੁਤ ਵਧੀਆ ਨਾਮ ਰੋਸ਼ਨ ਹੋਊਗਾ ਜੀ ਆਲ ਦਾ ਬੈਸਟ ਜਿਹੜਾ ਇਹਨਾਂ ਨੇ ਕਿਹਾ ਵੀ 10 ਤਰੀਕ ਨੂੰ ਰਿਜ਼ਲਟ ਆਉਣਾ ਉਹਦੇ ਲਈ ਸਾਰਿਆਂ ਨੂੰ ਪਹਿਲਾਂ ਹੀ ਬੈਸਟ ਆਫ ਲੱਕ ਬੈਸਟ ਵਿਸ਼ਿਜ਼ ਵਧੀਆ ਵਧੀਆ ਹੋਊਗਾ ਹਾਂਜੀ ਮੈਡਮ ਜੀ ਮੇਰਾ ਨਾਮ ਅੰਮ੍ਰਿਤ ਵਰਸ਼ਾ ਹੈ ਮੈਂ ਸੁਪਰਿੰਟੈਂਡੈਂਟ ਹਾਂ ਇੱਥੇ ਅਕੈਡਮਿਕ ਸੈਕਸ਼ਨ ਵਿੱਚ ਸੁਪਰਿੰਟੈਂਡੈਂਟ ਜੀ ਓਕੇ ਓਕੇ ਤੁਸੀਂ ਨਕਲ ਨੁਕਲ ਕਰਨ ਦਾ ਤੁਸੀਂ ਰੋਕਦੇ ਹੋ ਨਹੀਂ ਨਹੀਂ ਜੀ ਇੱਥੇ ਨਕਲ ਨਹੀਂ ਵੱਜਦੀ ਹਾਂ ਤਾਂ ਤੁਹਾਡੇ ਹੁੰਦੇ ਵੱਜ ਸਕਦੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਕਿੱਥੋਂ ਬਿਲੋਂਗ ਕਿੱਥੋਂ ਕਰਦੇ ਹੋ ਜੀ ਮੈਂ ਸੰਗਰੂਰ ਡਿਸਟ੍ਰਿਕਟ ਹੈਗਾ ਕੜੈਲ ਪਿੰਡ ਹੈ ਓਕੇ ਜੀ ਓਕੇ ਕੀ ਬਾਤ ਹੈ ਕੀ ਬਾਤ ਹੈ ਦੇਖੋ ਬਹੁਤ ਵਧੀਆ ਲੱਗਿਆ ਜੀ ਤੁਸੀਂ ਇੱਥੇ ਆਏ ਮਿਹਰਬਾਨੀ ਮਿਹਰਬਾਨੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਸ਼ੀਤਲ ਅੱਛਾ ਇੰਜ ਕਰਕੇ ਕਿਹਾ ਵੀ ਆਹ ਸ਼ੀਤਲ ਨੇ ਮੈਂ ਕਿਹਾ ਸੁਣ ਜਵੇ ਚੰਗੇ ਉਸਤਾਦ ਲੋਕਾਂ ਦਾ ਨਾਮ ਲੈਂਦੇ ਹੁੰਦੇ ਵੀ ਸ਼ੀਤਲ ਠੀਕ ਹੈ ਜੀ ਸ਼ੀਤਲ ਜੀ ਕਿੱਥੋਂ ਜੀ ਮੈਂ ਰੋਪੜ ਤੋਂ ਹੀ ਬਿਲੋਂਗ ਕਰਦੀ ਹਾਂ ਰੋਪੜ ਤੋਂ ਜੀ ਓਕੇ ਜੀ ਓਕੇ ਜੀ ਓਕੇ ਤੇ ਤੁਸੀਂ ਕਦੋਂ ਜੁਆਇਨ ਕੀਤਾ ਜੀ ਇੰਸਟੀਚਿਊਟ ਮੈਨੂੰ ਇੱਥੇ ਕੰਮ ਕਰਦੇ 5.5 ਸਾਲ ਹੋ ਗਏ ਤਕਰੀਬਨ ਓਕੇ ਜੀ ਓਕੇ ਓਕੇ 5.5 ਸਾਲ ਹੋ ਗਏ ਕਿੱਦਾਂ ਦਾ ਲੰਘਿਆ ਜੀ ਸਫ਼ਰ ਹੁਣ ਤੱਕ ਦਾ ਬਹੁਤ ਅੱਛਾ ਐਕਸਪੀਰੀਅੰਸ ਮਿਲਿਆ ਇੱਥੇ ਕੀ ਬਾਤ ਹੈ ਔਰ ਅੱਗੇ ਵੀ ਬਹੁਤ ਕੁਝ ਗੇਨ ਕਰਨ ਨੂੰ ਮਿਲੇਗਾ ਫੈਮਿਲੀ 'ਚ ਕੌਣ ਕੌਣ ਜੀ ਫਾਦਰ ਮਦਰ ਹੈ ਅਤੇ ਬ੍ਰਦਰ ਅਤੇ ਸਿਸਟਰ ਹੈ ਓਕੇ ਜੀ ਉਹ ਵੀ ਰੋਪੜੀ ਰਹਿੰਦੇ ਨੇ ਹਾਂਜੀ ਫਾਦਰ ਮਦਰ ਇੱਥੇ ਸਿਸਟਰ ਮੈਰਿਡ ਹੈ ਬ੍ਰਦਰ US ਓਕੇ ਜੀ ਓਕੇ ਜੀ ਓਕੇ ਚਲੋ ਠੀਕ ਜੀ ਬਹੁਤ ਵਧੀਆ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜ਼ਰੂਰ ਕਿਹੋ ਥੈਂਕ ਯੂ ਸੋ ਮਚ ਇੱਧਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਮਿਲਨ ਹੈ ਹੈਂਜੀ ਮਿਲਨ ਮਿਲਨ ਹਾਂਜੀ ਅੱਛਾ ਅੱਛਾ ਤੁਹਾਡੇ ਕੀ ਸ਼ੌਂਕ ਨੇ ਜੀ ਸ਼ੌਂਕ ਨੱਚਣਾ ਗਾਣਾ ਪੜ੍ਹਨਾ ਓਕੇ ਤੇ ਇੱਥੇ ਕਰ ਕੀ ਰਹੇ ਤੁਸੀਂ ਇੱਥੇ ਐਸ ਏ ਆਫਿਸ ਅਸਿਸਟੈਂਟ ਓਕੇ ਆਫਿਸ ਅਸਿਸਟੈਂਟ ਦੇ ਵੀ ਬਹੁਤ ਸਾਰਾ ਕੰਮ ਹੁੰਦਾ ਇੱਕ ਕਾਗਜ਼ੀ ਕੰਮ ਹੋਰ ਵੀ ਜ਼ਿੰਮੇਵਾਰੀਆਂ ਕਈ ਹੁੰਦੀਆਂ ਨੇ ਜੀ ਹਾਂਜੀ ਕੀ ਸੁਣਾਓਗੇ ਜੀ ਸਾਨੂੰ ਵੈਸੇ ਸਾਡੇ ਸਾਰਿਆਂ ਦੀ ਇੱਥੇ ਗਿੱਧਾ ਟੀਮ ਹੈਗੀ ਹੈ ਓਕੇ ਜੀ ਤੇ ਅਸੀਂ ਸਾਰੇ ਗਿੱਧਾ ਪਾ ਲਾਂਗੇ ਬਸ ਠੀਕ ਹੈ ਚੱਕ ਦੋ ਕੰਮ ਚਲੋ ਮੈਂ ਗਿੱਧਾ ਦੇਖੂਗਾ ਜੀ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਸੀਂ ਕਦੋਂ ਜੁਆਇਨ ਕੀਤਾ ਜੀ ਮੈਂ 2009 ਦੇ ਵਿੱਚ ਹਾਂ ਆਪ ਪੜ੍ਹੇ ਕਿੱਥੋਂ ਜੀ ਮੈਂ ਗੌਰਮੈਂਟ ਕਾਲਜ ਰੋਪੜ ਉਸ ਤੋਂ ਬਾਅਦ ਮੈਂ ਫੈਸ਼ਨ ਡਿਜ਼ਾਈਨਿੰਗ ਵੀ ਕੀਤੀ ਹੈ ਨਿਫ ਮੋਹਾਲੀ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਪ੍ਰਾਸ਼ੀ ਬੜੇ 10 ਰੁਪਏ ਲਗਾਓ ਜੀ ਮੈਂ ਗਰੀਬੀ ਬਹੁਤ ਅੱਗੇ 10 ਹੀ ਬੱਚੇ ਬੜਾ ਮੰਦਾ ਛਾਇਆ ਬਈ 50 ਰੁਪਏ 20 ਰੁਪਏ 70 ਆਜ ਕੀ ਚਾਇ ਕੇ ਉਸਮੇ ਸੇ ਬਚ ਗਏ ਇਹ ਆਜ ਕੀ ਚਾਇ ਗਏ ਕਿਆ ਬਾਤ ਹੈ ਕਿਆ ਬਾਤ ਹੈ ਨਾਲੇ ਇਹ ਵੀ ਨਾਲੇ ਪਰਸ ਚੱਕਣਾ ਪੈਂਦਾ ਕਈ ਮੇਰੇ ਔਖਾ ਹੁੰਦਾ ਤਾਂ ਤੁਸੀਂ ਇੱਥੇ ਪੈਸੇ ਵੀ ਰੱਖ ਸਕਦੇ ਹੋ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਐ ਵੀ ਜੇ ਕੋਈ ਚੋਰ ਫੋਨ ਲੈ ਜਾਏ ਤਾਂ ਬਾਅਦ ਤੁਹਾਡੇ ਕੋਲ ਫੋਨ ਕਰ ਜਾਓਗੇ ਪੈਸੇ ਵੀ ਨਾ ਹੋਣ ਨਹੀਂ ਉਹ ਬੋਲੇਗਾ ਦੇਖੋ ਕਿ ਵਾਪਸ ਦੇ ਕੇ ਜਾਏਗਾ 20 ਰੁਪਏ ਮਿਲੇ ਵਾਪਸ ਦੇ ਦੋ ਤਾਂ ਫਿਰ ਫੋਨ ਤਾਂ ਹੈਗਾ ਜੀ 1000 ਦਾ ਕਿ 40 ਰੁਪਈਆਂ ਜੀ ਤੁਸੀਂ ਕਿੱਥੋਂ ਜੀ ਮੈਂ UP ਸੇ ਹੂੰ UP ਸੇ ਹਾਂਜੀ ਓਕੇ ਓਕੇ ਫੈਮਿਲੀ ਯਹੀਂ ਪੇ ਹਾਂ ਫੈਮਿਲੀ ਯਹੀਂ ਪੇ ਓਕੇ ਕੌਣ ਕੌਣ ਹੈ ਜੀ ਫੈਮਿਲੀ ਮੇਂ ਹਸਬੈਂਡ ਹੈ ਯਹਾਂ ਪੇ ਫਾਦਰ ਇਨ ਲੋ ਹੈ ਬੱਚੇ ਓਕੇ ਜੀ ਓਕੇ ਓਕੇ ਕੀ ਸੁਣਾਓਗੇ ਸਾਨੂੰ ਕੋਈ ਸੁਣਾ ਦਿਓ ਕੋਈ ਗਾਣਾ ਸੁਣਾਣਾ ਨਹੀਂ ਹਮੇ ਇੱਕ ਹੀ ਗਰੁੱਪ ਕੇ ਮੈਂਬਰ ਹਾਂ ਮੈਂ ਵੀ ਡਾਂਸ ਹੀ ਕਰਨਾ ਆਤਾ ਹੈ ਤੁਸੀਂ ਵੀ ਡਾਂਸ ਕਰਨਾ ਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਫਾਜ਼ਿਲਕਾ ਜੀ ਓਹੋ ਯਾਦ ਰਹਿ ਗਿਆ ਤੁਹਾਨੂੰ ਕੌਣ ਕੌਣ ਰਹਿੰਦੇ ਇੱਥੇ ਨਾਲ ਤੁਹਾਡੇ ਮੈਂ ਔਰ ਮੇਰੇ ਹਸਬੈਂਡ ਓਕੇ ਜੀ ਓਕੇ ਵਧੀਆ ਵਧੀਆ ਸਰ ਹੋਰੀ ਕਿੱਥੋਂ ਨੇ ਉਹ ਅਬੋਹਰ ਤੋਂ ਹੈ ਉਹ ਅਬੋਹਰ ਤੋਂ ਹੈ ਅਬੋਹਰ ਤੇ ਫਾਜ਼ਿਲਕਾ ਤਾਂ ਨੇੜੇ ਨੇੜੇ ਕੰਮ ਬਿਲਕੁਲ ਨੇੜੇ ਨੇੜੇ 30 ਕਿਲੋਮੀਟਰ ਹੈ ਹਾਂਜੀ ਹੁਣ ਅਸੀਂ ਗੱਲਾਂ ਬਾਤਾਂ ਬਹੁਤ ਕਰ ਰਹੇ ਹਾਂ ਜੀ ਫੈਕਲਟੀ ਹੁਣ ਪਾਊਗੀ ਗਿੱਧਾ
ਮਟਰ ਮਸਾਲਾ ਤੁਹਾਡੇ ਲਈ। ਥੈਂਕ ਯੂ ਜੀ। ਗੋਡ ਬਲੈਸ ਯੂ। ਬਹੁਤ ਵਧੀਆ ਗਿੱਧਾ। ਧੰਨਵਾਦ। ਥੈਂਕ ਯੂ ਸੋ ਮਚ। ਸੋ ਤੁਸੀਂ ਇੰਜੋਏ ਕੀਤਾ ਜੀ ਗਿੱਧੇ ਦੀ ਪਰਫੋਰਮੈਂਸ, ਇਹ ਫੈਕਲਟੀ ਔਰ ਸਟਾਫ ਮੈਂਬਰ ਦਾ ਗਿੱਧਾ ਸੀਗਾ। ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੀਪ ਵਾਚਿੰਗ MH1 ਸ਼ੋਅ ਨੂੰ, ਇੱਦੇ ਪਿਆਰ ਕਰਦੇ ਰਹੋ ਅਤੇ ਤੁਹਾਡੀਆਂ ਦੁਆਵਾਂ, ਤੁਹਾਡਾ ਪਿਆਰ, ਤੁਹਾਡੀਆਂ ਅਸੀਸਾਂ ਦੀ ਸਾਨੂੰ ਇੱਦੇ ਹਮੇਸ਼ਾ ਲੋੜ ਹੈ। MH1 ਦੇਖਦੇ ਰਹੋ, ਕੀਪ ਵਾਚਿੰਗ ਕੰਟੀਨਿਊ ਡੀਲ। ਕੰਟੀਨਿਊ ਡੀਲ ਇਜ਼ ਬ੍ਰੌਟ ਟੂ ਯੂ ਬਾਏ 7 ਨਿੰਬੂ ਦਾ ਮਸਾਲਾ ਸੋਡਾ ਜੀ, ਅਸਲੀ ਨਿੰਬੂ ਦੇ ਮਸਾਲਾ ਪਾ ਕੇ। ਥੈਂਕ ਯੂ ਸੋ ਮਚ, ਅਗਲੇ ਹਫ਼ਤੇ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮਡੀਰ ਔਰ MH1 ਕੰਟੀਨਿਊ ਮਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮਚ।